ਫਾਰਮ ਦੀ ਸਾਰਿਆਂ ਤੋਂ ਸਸਤੀ ਬੱਚੀ ਹੈ, ਗੋਲਡਨ ਰੌਕ ਦੀ ਪੋਤੀ ਆ, ਅਰਾਵਤ ਘੋੜੇ ਦੀ ਬੱਚੀ ਆ, ਬੱਕਰੀਆਂ ਦੇ ਮੁੱਲ ਦੀ ਬਣ ਜਾਓ। ਬੱਚੀ ਬਾਹਲੀ ਛੋਟੀ, 2.5 ਮਹੀਨੇ, ਕੋਈ ਸੇਵਾ ਵਾਲਾ ਭਰਾ ਹੋਇਆ ਜਿਹੜਾ ਸਾਂਭ ਲੂ, ਦੁੱਧ ਵੀ ਪੀਂਦੀ ਹੈ, ਦਾਣਾ ਵੀ ਖਾਂਦੀ ਹੈ, ਪੱਠੇ ਵੀ ਖਾਂਦੀ ਹੈ, ਉਹਨੂੰ ਦੇ ਦਾਂਗੇ। ਬਸ ਜਾਇਜ਼ ਮੁੱਲ ਦੀ ਹੈ ਬੱਚੀ, ਜਮਾਂ ਥੋੜ੍ਹੇ ਮੁੱਲ ਦੀ ਆ। ਸਾਰੀ ਵੀਡੀਓ ਦੇਖ ਲਓ, ਵੀਡੀਓ ਦੇ ਵਿੱਚ ਸਾਰੀ ਡਿਟੇਲ ਹੀ ਦੇਵਾਂਗੇ। ਆ ਤਾਂ ਆਪਾਂ ਮੂਹਰੇ ਕਲਿੱਪ ਲਾ ਤੇ ਵੀ ਵੀਡੀਓ ਦੇਖਣੀ ਸੌਖੀ ਹੋ ਜੇ। ਅਤੇ ਅੱਜ ਇਹ ਬਲੌਗ ਵਿੱਚ ਜਾਨਵਰ ਕਾਫੀ ਸੇਲ ਆ, ਸਾਰੀ ਦਿਖਾਵਾਂ। ਦੇਖੋ ਕੰਨ ਕੁੰਨ ਦੇਖ ਲਿਓ, ਅੱਧੀ ਅੱਧੀ ਕੁੰਡੀ ਮੋੜ ਦਿੰਦੀ ਆ, ਗਰਦਨ ਗੁਰਦਨ ਪਤਲੀ ਆ, ਦਾਣਾ ਦੂਣਾ ਵੀ ਸਾਰੀਆਂ ਚੀਜ਼ਾਂ ਹੀ ਖਾਂਦੀ ਆ। ਲਓ ਜੀ, ਸਵਾਗਤ ਆ ਮਿੱਤਰੋ ਬਾਬਾ ਜੀਤਾ ਸਟੱਡ ਫਾਰਮ ਚੈਨਲ ਦੇ ਉੱਤੇ। ਜਿਹੜੇ ਭਰਾ ਆਪਣੇ ਨਾਲ ਯੂਟਿਊਬ 'ਤੇ ਜੁੜੇ ਆ ਜਾਂ ਫੇਸਬੁੱਕ 'ਤੇ ਆ ਵੀਡੀਓ ਦੇਖਦੇ, ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ। ਮਿੱਤਰੋ, ਮੀਂਹ ਪੈ ਹਟਿਆ ਅੱਜ, ਅਤੇ ਉਮੀਦ ਆ ਵੀ ਸਾਰੇ ਪੰਜਾਬ 'ਚ ਤਕਰੀਬਨ ਮੀਂਹ ਪਿਆ ਹੋ। ਅਤੇ ਅੱਜ ਜਿੰਨੇ ਕੁ ਜਾਨਵਰ ਫਾਰਮ 'ਤੇ ਖੜ੍ਹੇ, ਉਹਨਾਂ ਦੀ ਡਿਟੇਲ ਦੇਵਾਂਗੇ। ਪਹਿਲਾਂ ਫਾਰਮ ਦੀ ਸਾਰਿਆਂ ਤੋਂ ਸਸਤੀ ਬੱਚੀ ਇਹ ਆ, ਹਜ਼ਾਰਾਂ 'ਚ ਬੱਕਰੀ ਦੇ ਮੁੱਲ ਦੀ ਕਹਿ ਸਕਦੇ ਹਾਂ ਆਪਾਂ, ਜਮਾਂ ਹੀ ਘੱਟ, ਪਰ ਲੈਣ ਬਹੁਤ ਜ਼ਬਰਦਸਤ ਆ। ਸਾਂਭਣ ਵਾਲਾ ਬਣੇ ਬੰਦਾ, ਇਹਦੀ ਮਾਂ ਮਰ ਗਈ ਸੀ, ਆਪਾਂ ਤਾਂ ਹਜੇ ਕੱਲ੍ਹ ਪਰਸੋਂ ਹੀ ਲਿਆਂਦੀ ਬੱਚੀ 'ਤੇ ਤਰਸ ਖਾ ਕੇ ਆਪਾਂ ਲਿਆਂਦੀ, ਵੀ ਯਾਰ ਬੱਚੀ ਚੰਗੀ ਵਾਲੀ ਸਾਂਭ ਲਈਏ, ਹੈ ਨਾ। ਕੋਈ ਹੋਵੇ ਜਿਹਨੇ, ਜਿਹੜੇ ਭਰਾ ਨੇ ਚੰਗੀ ਖਾਨਦਾਨ, ਗੋਲਡਨ ਰੌਕ ਜਿਹੜਾ ਚੈਂਪੀਅਨ ਦਾ ਚੈਂਪੀਅਨ ਆ, ਮੰਨ ਲਓ ਉਸ ਦੀ ਪੋਤੀ ਆ, ਅਰਾਵਤ ਘੋੜੇ ਦੀ ਬੱਚੀ ਆ, ਸਾਰੀ ਇਹਦੀ ਡਿਟੇਲ ਦਿੰਦੇ ਹਾਂ। ਸਾਰਾ ਦੁੱਧ ਵੀ ਪੀਂਦੀ ਆ ਬੱਚੀ, ਖਾਂਦੀ ਪੀਂਦੀ ਵਧੀਆ, ਜਿਵੇਂ ਦਾਣਾ ਖਾਈ ਜਾਂਦੀ ਆ। ਬਸ ਇੱਕ ਮਾਂ ਦੇ ਮਰਨੇ ਬੱਚੀ ਦੀ ਸੰਭਾਲ ਨਹੀਂ ਹੋਈ, ਅਤੇ ਪੁਰਾਣੇ ਮਾਲਕ ਨੇ ਇੰਨੀ ਸਾਂਭੀ ਨਹੀਂ, ਪਰ ਬੱਚੀ ਹੁਣ ਚਾਰੂ ਚੁਰੂ ਵਧੀਆ। ਉਮੀਦ ਆ ਨਾ ਵੀ ਵਿਕੀ ਤਾਂ ਇੱਕ ਮਹੀਨੇ ਬਾਅਦ ਤੁਹਾਨੂੰ ਇਹਦੀ ਹਾਲਾਤ ਬਦਲੇ ਦਿਸਣਗੇ, ਇੰਨੀ ਕੁ ਆਪਾਂ ਤੁਹਾਡੇ ਨਾਲ ਵਾਅਦਾ ਕਰ ਸਕਦੇ ਹਾਂ। ਅਤੇ ਬਾਕੀ ਸੂਟੇ ਤੋਂ ਲੈ ਕੇ ਵੱਡੇ ਜਾਨਵਰ ਜਿਹੜੇ ਜਿਹੜੇ ਵਿਕਾਊ ਆਪਣੇ ਕੋਲ, ਜਾਨਵਰ 3 ਆਪਣੇ ਹੋਰ ਖਰੀਦੇ ਖੜ੍ਹੇ ਆ ਜੀ, ਡੱਬੀ ਘੋੜੀ ਆ 62 ਇੰਚ ਦੀ, ਮਾਰਵਾੜੀ ਘੋੜੀ ਆ, ਅਤੇ ਸਾਰੀ ਆਪਾਂ ਡਿਟੇਲ ਦੇਵਾਂ ਜਿਹੜਾ ਜਿਹੜਾ ਜਾਨਵਰ ਆਪਣੇ ਕੋਲ ਖੜ੍ਹਾ, ਹੈ ਨਾ। ਅਤੇ ਆਪਾਂ ਜੈਰਾਜ ਤੋਂ ਹੀ ਸ਼ੁਰੂ ਹੁੰਦੇ ਹਾਂ, ਅਤੇ ਇੱਧਰ ਆ ਗੁਰਦਿੱਤ ਖੜ੍ਹਾ ਜੀ ਆ ਰੂਮ 'ਚ, ਅਤੇ ਉਸ ਤੋਂ ਪਰਲੇ ਪਾਸੇ ਦੂਜੇ ਰੂਮ 'ਚ ਖੜ੍ਹਾ ਡਾਇਮੰਡ 2, ਉਹ ਨੋਟ ਫੋਰ ਸੇਲ ਆ, ਅਤੇ ਨਾ ਹੀ ਜੈਰਾਜ ਫੋਰ ਸੇਲ ਆ। ਅਤੇ ਜਿਹੜੇ ਉਸ ਤੋਂ ਬਿਨਾਂ ਜਾਨਵਰ ਫੋਰ ਸੇਲ ਆਪਾਂ, ਉਹ ਸਾਰਿਆਂ ਨੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ, ਪਹਿਲਾਂ ਤਾਂ ਜੈਰਾਜ ਤੋਂ ਹੁੰਦੇ ਹਾਂ ਸ਼ੁਰੂ। ਇਹ ਆ ਜੀ ਆਪਣੇ ਫਾਰਮ ਦਾ ਮਾਣ ਅਤੇ ਸਾਂ ਜੈਰਾਜ। ਜੈਰਾਜ ਓਏ ਸੇ ਹੈਲੋ। ਅਤੇ ਸਾਰਿਆਂ ਤੋਂ ਪਹਿਲਾਂ ਦੋਸਤੋ ਆ ਨੀਲੀ ਵਛੇਰੀ ਤੋਂ ਸ਼ੁਰੂ ਹੁੰਦੇ ਆ, ਮੱਥੇ ਪਟਾ ਜੀ ਇਹਦੇ, ਦੋ ਪੈਰ ਮਗਰਲੇ ਚਿੱਟੇ ਆ, ਦੋ ਦੰਦ ਹੋਈ ਆ, ਮੰਨ ਲਓ 2.5 ਕੁ ਸਾਲ ਦੀ ਹੋਈ ਆ, 28-29 ਮਹੀਨਿਆਂ ਦੀ, ਅਤੇ 60 ਬਾਹਰ ਇਹਦੀ ਹਾਈਟ ਆ ਮਿੱਤਰੋ, ਅਤੇ 2 ਮਹੀਨੇ ਨੂੰ ਮੀਟ ਹੋਈ ਨੂੰ ਹੋ ਗਿਆ। ਅੱਜ ਡਾਕਟਰ ਸਾਹਿਬ ਜੇ ਆਏ ਤਾਂ ਚੈੱਕ ਕਰਾ ਦਾਂਗੇ ਆਪਾਂ, ਤਸੱਲੀ ਕਰਾ ਦਾਂਗੇ ਤੁਹਾਡੀ, ਅਤੇ ਸਵਾਰੀ ਸੂਰੀ ਦੀ ਪਾਸ ਹੈ ਜੀ। ਉਸ ਤੋਂ ਬਾਅਦ ਆ ਮਾਰਵਾੜੀ ਘੋੜੀ ਆ 61 ਇੰਚ ਦੀ, ਜੈਰਾਜ ਤੋਂ ਮਿਲੇ ਨੂੰ ਇਹਨੂੰ 15-17 ਦਿਨ ਹੋ ਗਏ ਜੀ, ਸਿਰਫ ਮੱਥੇ ਫੁੱਲ ਆ, ਲਾਸਟ ਹੋਏ ਨੇ ਜੈਰਾਜ ਤੋਂ ਮੱਥੇ ਪਟੇ ਦਾ ਵਿਸ਼ੇਰਾ ਦਿੱਤਾ ਸੀ, ਅਤੇ ਹਾਈਟ ਹੂਈਟ ਘੋੜੀ ਦੀ ਚੰਗੀ ਆ, 61 ਇੰਚ ਹਾਈਟ ਆ। ਕੋਈ ਹੋਵੇ ਚਾਹਵਨ ਸੱਜਣ ਤਾਂ ਇਹ ਘੋੜੀ ਵੀ ਦੇਖ ਸਕਦਾ। ਅਤੇ 3 ਨੰਬਰ 'ਤੇ ਚੰਬੀ ਘੋੜੀ ਵਿਸ਼ੇਰੀ ਹੈ ਦੋਸਤੋ, 2 ਦੰਦ 2.5 ਸਾਲ ਇਹਦੀ ਉਮਰ ਆ, ਆਪਣੇ ਪੁਰਾਣੇ ਡਾਇਮੰਡ ਦੀ ਬੱਚੀ ਹੈ ਜੀ ਵੱਡੇ ਦੀ, ਅਤੇ ਡਾਇਮੰਡ 2 ਤਾਂ ਮੀਟ ਹੋਈ ਨੂੰ, ਇਹਨੂੰ ਵੀ 10-12 ਦਿਨ ਹੋ ਗਏ। ਅਤੇ 4 ਨੰਬਰ 4 'ਤੇ ਆ ਵਿਸ਼ੇਰੀ ਦੇਖੋ, 61 ਇੰਚ ਦੀ, 3 ਸਾਲ ਉਮਰ ਆ, ਘੱਲਾਂ ਵਾਲੇ ਚੇਤਕ ਦੀ ਆ ਮਿੱਤਰੋ, ਨੁਕਰੀ ਵਿਸ਼ੇਰੀ ਆ। ਮੀਂਹ ਪੈਣ ਦੀ ਵਜ੍ਹਾ ਰਾਤ ਜਾਨਵਰ ਆ ਸਾਰੇ ਬਾਹਰ ਸੀ, ਹੁਣ ਕੱਚੇ ਥਾਂ 'ਤੇ ਤੁਹਾਨੂੰ ਵੀ ਪਤਾ ਮੀਂਹ ਪੈਂਦਾ ਰਿਹਾ, ਅਤੇ ਗਾਰਾ ਗੂਰਾ ਹੋ ਗਿਆ, ਲਿਬੜੇ ਹੋਏ ਆ, ਅਤੇ ਅੱਜ ਕੋਈ ਵੀਡੀਓ ਨਹੀਂ ਸੀ ਪਾਉਣ ਲਈ, ਤਾਂ ਮੈਂ ਸੋਚਿਆ ਚਲੋ ਇੱਦਾਂ ਹੀ ਇੱਕ ਨਿੱਕਾ ਜਿਹਾ ਬਲੌਗ ਬਣਾ ਕੇ ਪਾ ਦਈਏ, ਵੀ ਜਾਨਵਰ ਦਿਖਾ ਦਈਏ, ਭਰਾਵਾਂ ਨੂੰ ਆਉਣਾ ਸੌਖਾ ਹੋ ਜੂ ਨਾ, ਜਿਹਨੇ ਵੀ ਆਉਣਾ ਹੋਇਆ। ਅਤੇ ਇਹ ਗੱਭਣ 2 ਮਹੀਨੇ ਹੀ ਚੈੱਕ ਪਾਸ ਆ ਮਿੱਤਰੋ, ਡਾਇਮੰਡ 2 ਦੀ ਫੋਟੋ ਵੀਡੀਓ ਪਰਚੀ ਸਾਰਾ ਪਰੂਫ ਮਿਲਣਗੇ। ਅਤੇ ਨੰਬਰ 5 'ਤੇ ਆ ਮਾਰਵਾੜੀ ਘੋੜੀ ਹੈ ਜੀ, ਮੱਥੇ ਫੁੱਲ ਇਹਦੇ, ਅਤੇ ਆ ਵਿਕਾਸ ਘੋੜਾ ਜਿਹੜਾ 2015 ਚੈਂਪੀਅਨ, ਉਸ ਦੀ ਬੱਚੀ ਆ,
ਤੇ ਚੈਂਪੀਅਨ ਗਿਆ ਰਾਜ ਤੋਂ ਪ੍ਰੈਗਨੈਂਟ ਆ 2+ ਮਹੀਨਿਆਂ ਦੀ, ਹਾਈਟ ਇਹਦੀ ਵੀ 60-12 ਆ, ਰੰਗ ਘੁਮਾਇਆ ਤਾਂ ਮੱਥੇ ਫੁੱਲ ਆ, ਗਰਦਨ ਗੁਰਦਨ ਬਹੁਤ ਜ਼ਿਆਦਾ ਚੰਗੀ ਆ। ਉਸ ਤੋਂ ਬਾਅਦ ਆਪਾਂ ਚੰਬੀ ਘੋੜੀ ਇੰਨੀ ਜਾਂਦੇ ਦੋਸਤੋ, ਜਾਣ ਤਕਰੀਬਨ ਆਪਣੇ ਫਾਰਮ 'ਤੇ ਜਿੰਨੇ ਵੀ ਖੜੇ ਮੀਟ ਹੋਏ ਖੜੇ, ਖਾਲੀ ਘੋੜੀ ਕੋਈ ਨਹੀਂ ਖੜੀ, ਗੱਬਣ ਵੀ ਖੜੀਆਂ, ਮੀਟ ਹੋਈਆਂ ਵੀ ਖੜੀਆਂ। ਅਤੇ ਮੰਨ ਲਓ ਜਿਹੜੀ ਜੇ ਆਪਣੇ ਘੋੜਿਆਂ ਤੋਂ ਜਿਹੜੀ ਮੀਟ ਵੀ ਹੋਈ ਹੋਈ ਉਹ ਖਾਲੀ ਰਹਿ ਜੇ, ਆਪਾਂ ਫ੍ਰੀ ਭਰਾ ਕੇ ਦੇਵਾਂਗੇ। ਅਤੇ ਆਹ ਚੰਬੀ ਘੋੜੀ ਦੇਖੋ, ਬੈੱਡ ਵਾਢੀ ਕਹਿੰਦੇ ਆ, ਦੇਖ ਕੇ ਤੁਸੀਂ ਅੰਦਾਜ਼ਾ ਲਾਇਆ ਹੋਣਾ ਵੀ 9-10 ਮਹੀਨੇ ਗੱਬਣ, ਪਰ ਨਹੀਂ ਦੋਸਤੋ, ਇਹ ਸਿਰਫ ਹਜੇ ਗੱਬਣ ਆ 2 ਮਹੀਨਿਆਂ ਦੀ। ਕੱਦ ਕੁੱਦ 60 ਇੰਚ ਗਲਡੀ ਚੰਬੀ ਆ, ਨੁਕਰੇ ਬੱਚੇ ਪੂਰੇ ਦੇਣ ਦੇ ਚਾਂਸ ਆ, ਰੇਟ ਵੀ ਬਹੁਤ ਜਾਇਜ਼ ਆ। ਦੇਖੋ ਜੀ 60 ਇੰਚ ਹਾਈਟ, ਬਾਲ ਭੋਰੇ ਤਕਰੀਬਨ ਸਾਰੇ ਜਾਨਵੀ ਸਾਹਿਬ। ਇੱਕ ਆਹ ਦੇਖੋ ਘੋੜੀ, ਸਿਰਫ ਮੱਥੇ ਬਲੇਜ ਦੀ, ਪਤਲਾ ਬਲੇਜ, ਕੰਨ ਕੰਡੀਸ਼ਨ ਦੀ ਚੰਗੀ ਆ, 4 ਸਾਲ ਉਮਰ ਹੈ ਇਸਦੀ, ਅਤੇ 60 ਇੰਚ ਹੀ ਇਸਦੀ ਹਾਈਟ ਆ। ਗਰਦਨ ਗੁਰਦਨ ਦੇਖੋ ਚੰਗੀ ਲੱਗੀ ਹੋਈ ਆ। ਅਤੇ ਮਿੱਤਰੋ ਆਹ ਹੀਟ 'ਚ ਇੱਕ ਜੰਪ ਇਹਨੂੰ ਦੇ ਤਾ ਗੁਰਦਿੱਤ ਤੋਂ, ਜਿਹੜਾ ਉਹ ਮੂੰਹ ਕੱਢੀ ਖੜਾ, 2 ਦੰਦ ਵਿਛੀਰਾ, ਦਿਲਵਾਗ ਰਾਣੀ ਇਹਦਾ ਬੱਚਾ ਜੀ, ਉਹ ਪੋਤਾ ਦਿਲਵਾਗ ਰਾਣੀ ਦਾ, 70 ਇੰਚ ਵਾਲੇ ਵਿਜੇ ਰਾਜ ਦਾ ਬੱਚਾ, ਹਜੇ ਬੱਚਾ 2 ਦੰਦ ਲੱਗਣ ਲੱਗਿਆ। ਮੰਨ ਲਓ 26-27 ਮਹੀਨੇ ਉਹਦੀ ਉਮਰ ਹੋਈ ਆ, ਅਤੇ 65+ ਹਾਈਟ ਹੋਈ ਖੜੀ ਆ। ਕਿਸੇ ਦਿਨ ਸਪੈਸ਼ਲ ਵੀਡੀਓ ਪਾਵਾਂ, ਉਸ ਤੋਂ ਮੇਟ ਆ, ਸਾਰੀ ਫੋਟੋ ਵੀਡੀਓ ਤੁਹਾਨੂੰ ਮਿਲ ਜੂ। ਅਤੇ 60 ਇੰਚ ਹਾਈਟ ਆ ਘੋੜੀ, ਤੁਰਦੀ ਸੋਹਣੀ, ਸਿਰਫ ਮੱਥੇ ਬਲੇਜ ਬਲੇਜ ਆ, ਅਤੇ ਨਾਲ ਇੱਕ ਪੈਰ ਚਿੱਟਾ ਜੀ। ਉਸ ਤੋਂ ਬਾਅਦ ਆ ਵਿਛੀਰਾ ਕਰੋ ਚੈੱਕ, 5 ਕਲੈਣ, ਜਿਹੜਾ ਵੀ ਕੋਈ ਸੱਜਣ ਭਰਾ ਮੇਰਾ 4 ਪੈਰ ਚਿੱਟਿਆਂ ਦਾ ਕੁਮੈਤ ਪੱਕੇ ਰੰਗ ਦਾ ਵਿਛੀਰਾ ਭਾਲਦਾ ਹੋਇਆ, ਤਾਂ ਆਹ ਦੇਖ ਗਰਦਨ ਗੁਰਦਨ, ਕੰਨ ਕੁੰਡੀ ਵਾਲਾ, ਮੱਥੇ ਫੁੱਲ, ਬਹੁਤ ਚੰਗਾ ਬੱਚਾ। ਮੀਂਹ 'ਚ ਭਿੱਜੇ ਹੋਏ ਆ ਸਾਰੇ ਆ ਬੱਚੇ, ਤਾਂ ਥੋੜ੍ਹੇ ਜਿਹੇ ਮੰਨ ਲਓ ਸਾਈਨਿੰਗ 'ਚ ਫਰਕ ਆ। ਦਿਲਵਾਗ ਰਾਣੀ ਇਹਦਾ ਪੋਤਾ ਜੀ, ਅਨਮੋਲ ਰਤਨ ਦਾ ਬੱਚਾ। ਅਤੇ ਆਹ ਵਿਛੇਰੀ ਕਰੋ ਚੈੱਕ, ਕਾਂਟੇ ਦੀ ਪੋਤੀ ਹੈ, 3 ਮਹੀਨਿਆਂ ਦੀ ਹੋਈ ਆ, ਗਰਦਨ ਗੁਰਦਨ ਕਿੰਨੀ ਜ਼ਿਆਦਾ ਚੰਗੀ, ਮੱਥੇ ਬਲੇਜ ਆ ਜੀ, 3 ਪੈਰ ਚਿੱਟੇ ਆ, ਮੱਥੇ ਜਮਾਂ ਬਲੇਜ ਟੁੱਟਦਾ ਨਹੀਂ, ਪਤਲੀ ਲਕੀਰ ਆਉਂਦੀ ਸੀ, ਇਹਦਾ ਵੀਡੀਓ 'ਚ ਨਾ ਦਿਸੇ ਤੁਹਾਨੂੰ। ਅਤੇ ਖਾਨਦਾਨ ਇਹਦਾ ਮੱਝੂ ਕੇ ਲੈਣ ਅਤੇ ਆਲੀਸ਼ਾਨ ਲੈਣ ਦਾ ਸੁਮੇਲ ਆ। ਕਾਂਟੇ ਦੀ ਪੋਤੀ ਹੈ ਜੀ, ਤਲਵੰਡੀ, ਕੋਈ ਆਪਣਾ ਫਰੀਦਕੋਟ ਦੇ ਨੇੜੇ ਤਲਵੰਡੀ ਘੋੜਾ ਜੀ, ਉਹਦੀ ਬੱਚੀ ਆ, ਮਾਂ ਮੱਝੂ ਕੇ ਲੈਣ ਦੀ, 63 ਇੰਚ ਦੀ ਇਹਦੀ, ਬਹੁਤ ਹਾਈਟਦਾਰ ਘੋੜੀ ਹੈ, ਅਤੇ ਬੱਚੀ ਨੈੱਟ 3 ਮਹੀਨਿਆਂ ਦੀ ਹੋਈ ਆ। ਉਸ ਤੋਂ ਬਾਅਦ ਆ ਚੰਬੀ ਵਿਛੇਰੀ ਕਰੋ ਚੈੱਕ, ਜੈ ਮੰਗਲ ਬੱਚੀ ਆ, ਕੰਨ ਕੁੰਨ ਦੇਖੋ, ਕੁੰਡੀ ਵਾਲਾ ਕੰਨ ਆ, ਅਤੇ ਇਹ 4 ਮਹੀਨਿਆਂ ਦੀ ਹੋਈ ਆ ਬੱਚੀ, ਇਹ ਵੀ ਫੋਰ ਸੇਲ ਆ, ਬਲ ਭੋਰੀਆਂ ਤਕਰੀਬਨ ਸਾਰੇ ਜਾਨਵਰ ਸਾਫ਼ ਆ। ਅਤੇ ਆਹ ਬੱਚੀ ਦੇ ਕੰਨ ਕੰਡੀਸ਼ਨ ਦੇਖੋ, ਇਹ ਸਿਰਫ ਬਲੇਜ ਦੀ ਆ, ਕੰਨ ਕੁੰਨ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ, ਮੱਥੇ ਬਲੇਜ ਦੀ, ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਇਆ ਉੱਦਾਂ ਦਾ ਮਿਲ ਹੀ ਜਾਣ। ਅਤੇ ਆਹ ਵਿਛੀਰਾ ਖੜਾ ਜੀ, ਮੱਥੇ ਫੁੱਲ ਦਾ, 11 ਮਹੀਨੇ ਉਮਰ ਹੋ ਗਈ, ਇਹ ਵੀ ਭਾਅ ਪੜਤੇ ਵਾਲੇ ਜਾਇਜ਼ ਰੇਟ ਵਾਲਾ। ਅਤੇ ਆਹ ਵਿਛੀਰਾ ਵੀ ਛੋਟਾ ਫੋਰ ਸੇਲ ਹੋਇਆ। ਅਤੇ ਆਹ ਦੇਖੋ ਚੀਜ਼ ਕੋਈ ਵੀ ਨਹੀਂ ਸਾਡੀ, ਸਾਰਾ ਕੁਝ ਖਾਂਦੀ, ਹੁਣ ਮੂੰਗਫਲੀ ਦੇ ਨੀਰੇ 'ਤੇ ਲੱਗੀ ਹੋਈ ਹੈ ਬੱਚੀ। ਅਤੇ ਬੱਚੀ ਦੋਸਤੋ 2.25 ਮਹੀਨਿਆਂ ਦੀ ਹੋਈ ਹੈ, ਗੋਲਡਨ ਰੌਕ ਦੀ ਪੋਤੀ ਆ ਜੀ, ਅਤੇ ਅਰਾਵਤ ਘੋੜੇ ਦੀ ਬੱਚੀ ਆ, ਮੱਥੇ ਬਲੇਜ ਆ ਜੀ, ਕੰਨ ਕੁੰਨ ਬਹੁਤ ਜ਼ਿਆਦਾ ਚੰਗਾ, ਮੈਂ ਸਾਈਡ 'ਤੇ ਕਲਿੱਪਾਂ ਵੀ ਲਾਊਂ, ਦੁੱਧ ਪੀਂਦੀ ਦੇ ਸਾਰਾ, ਬੱਚੀ ਬਹੁਤ ਚੰਗੀ ਆ, ਤਾਂ ਬੱਕਰੀ ਦੇ ਮੁੱਲ ਦੀ ਮਿਲ ਜਾਣੀ ਆ। ਸੋ ਜਿਹੜੇ ਵੀ ਸੱਜਣ ਦੇ ਫਿੱਟ ਹੋਈ ਬੱਚੀ ਦੇਖ, ਗਰਦਨ ਗੁਰਦਨ ਦੇਖੋ, ਕੰਨ ਕੰਡੀਸ਼ਨ ਕਿੰਨਾ ਚੰਗਾ, ਜੇ ਬੱਚੀ ਰਾਜੀ ਹੁੰਦੀ ਤਾਂ ਪੂਰੇ ਪੈਸਿਆਂ ਦੀ ਸੀ, ਇੱਕ ਲਿੱਸੀ ਹੋਣ ਦੀ ਵਜ੍ਹਾ ਨਾਲ ਆਪਾਂ ਨੂੰ ਭਾਅ ਨਾ ਮਿਲੀ ਹੈ, ਜੇ ਕੋਈ ਹੋਵੇ ਭਰਾ ਸੇਵਾ ਕਰਨ ਨਾਲ ਜਮਾਂ ਥੋੜ੍ਹੇ ਪੈਸੇ ਲਾਉਣੇ ਹੋਏ ਤਾਂ ਇੱਕ ਵਾਰ ਆ ਬੱਚੀ ਬਾਰੇ ਜ਼ਰੂਰ ਪਤਾ ਲੈ ਲਿਓ, ਅਤੇ ਜਾਇਜ਼ ਰੇਟ 'ਚ ਹੀ ਦੇ ਦਾਂਗੇ। ਅਤੇ ਨੰਬਰ ਦੋਸਤੋ ਨੋਟ ਕਰ ਲਿਓ, 62-391-54-555-98-547-97-017